ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਫੀ ਪਰਮਜੀਤ ਸਿੰਘ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਵੀ ਸਮਰੀ ਪੇਸ਼ ਕਰਤੀ ਸਾਰੀ। ਮੈਂ ਤੁਹਾਨੂੰ ਆਪਣੇ ਨਿੱਜੀ ਐਕਸਪੀਰੀਅੰਸ ਦੀ ਗੱਲ, ਪੈਰਿਸ ਯੂਨੀਵਰਸਿਟੀ 'ਚ ਮੈਂ ਪੜ੍ਹਾਈ ਕਰਦਾ ਸੀ ਤਾਂ ਮੈਂ ਯਾਤਰਾ ਕਰਦਾ ਕਰਦਾ ਜੋ ਨੋਬਲ ਪਹੁੰਚਿਆ, ਵਿਸ਼ਾ ਮੇਰਾ ਕੁਆਂਟਮ ਮਕੈਨਿਕਸ ਹੈ, ਪਰ ਮੈਂ ਵੇਖਿਆ ਕਿ ਗੁਰਵੀਰ ਨੇ ਹੀ ਕਵਰ ਕਰਤਾ ਸਾਰਾ। ਉਸ ਤੋਂ ਬਾਅਦ ਅਜਮੇਰ ਆਪਣਾ ਅਮਰਜੀਤ ਗਰੇਵਾਲ। ਸੋ ਇਹ ਜਿਹੜੇ ਬੰਦੇ ਗੁਰਬਾਣੀ ਦੇ ਜਾਂ ਪੰਜਾਬੀ ਦੇ ਹੈਗੇ, ਇਹ ਹੁਣ ਜ਼ਿਆਦਾ ਪੜ੍ਹ ਰਹੇ ਨੇ ਮੇਰੇ ਜੋਗਾ, ਇਹਨਾਂ ਨੇ ਪ੍ਰਕੋਪ ਜਾਂ ਥਾਂ ਨਹੀਂ ਛੱਡਿਆ। ਉਹ ਡਾਕਟਰ ਜਿਹੜਾ ਫਰਾਂਸ ਦਾ ਸੀ ਮੈਨੂੰ ਕਹਿੰਦਾ ਕੀ ਕਰਦੇ ਹੋ ਤੁਸੀਂ? ਮੈਂ ਕਿਹਾ ਮੈਂ ਖੋਜ ਕਰਨ ਆਇਆ, ਪਰ ਮੈਂ ਆਪਣੀ ਯਾਤਰਾਵਾਂ ਵੀ ਲਿਖਦਾ। ਉਹਨੇ ਮੈਨੂੰ ਇੱਕ ਬਹੁਤ ਸੋਹਣੀ ਗੱਲ ਦੱਸੀ ਜਿਹੜੀ ਤੁਹਾਨੂੰ ਸੁਣਾ ਰਿਹਾ, ਔਰ ਇਸ ਮੈਂ ਤਾਂ ਹੀ ਕਿ ਮੈਂ ਕੁਆਂਟਮ ਮਕੈਨਿਕਸ ਦੀ ਗੱਲ ਕਿਉਂ ਨਹੀਂ ਕਰ ਰਿਹਾ। ਉਹ ਕਹਿੰਦਾ ਜਦੋਂ ਤੁਸੀਂ 2-3 ਦਿਨ ਜਗ੍ਹਾ ਕਿਸੇ ਨਵੀਂ ਜਾਓ ਤਾਂ ਤੁਸੀਂ ਨਾਵਲ ਲਿਖ ਲੈਂਦੇ ਹੋ, ਜਦੋਂ 1 ਮਹੀਨਾ ਰਹੋ ਤੁਹਾਡਾ ਚਾਅ ਘੱਟ ਜਾਂਦਾ ਉਹ ਸ਼ਾਰਟ ਸਟੋਰੀ ਕਹਾਣੀ, ਜੇ ਤੁਸੀਂ 2 ਸਾਲ ਰਹੋ ਤਾਂ ਤੁਹਾਡੀ ਜਿਹੜੀ ਬਿਲਕੁਲ ਉਤਸੁਕਤਾ ਹੈ ਉਹ ਖਤਮ ਹੋ ਜਾਂਦੀ ਹੈ, ਤੁਸੀਂ ਕੁਛ ਨਹੀਂ ਲਿਖਦੇ। ਇਹੀ ਹਾਲ ਆ ਵੀ ਮੈਂ ਤਾਂ ਕੁਆਂਟਮ ਮਕੈਨਿਕਸ 40-50 ਸਾਲ ਤੋਂ ਪੜ੍ਹਾਈ ਪੜ੍ਹਿਆ, ਹੁਣ ਮੈਂ ਨਹੀਂ ਆਪਣੇ ਪਰਚੇ 'ਚ ਕੁਆਂਟਮ ਨੂੰ ਲਿਆਉਂਦਾ, ਬਾਕੀ ਬਥੇਰਿਆਂ ਨੇ ਰੌਲਾ ਪਾ ਦਿੱਤਾ, ਔਰ ਬੜੀ ਅੱਛੀ ਤਰ੍ਹਾਂ ਗੁਰਵੀਰ ਨੇ ਸਮਾਪਤ ਕਰਤਾ। ਕੁਛ ਗੱਲਾਂ ਜਿਹੜੀਆਂ ਹੈਗੀਆਂ ਮੈਂ ਸੋਚਿਆ ਕਿ ਤੁਹਾਨੂੰ ਪਤਾ ਹੀ ਹੈ, ਸੋਹਣ ਸਿੰਘ ਜੀ ਪਟਿਆਲੇ ਗਿਆਨੀ ਨਿਰੰਜਨ ਸਿੰਘ ਹੁੰਦੇ ਸੀਗੇ ਕਥਾਕਾਰ, ਬਹੁਤ ਹੁਣ ਤਾਂ ਅੱਜ ਕੱਲ੍ਹ ਇੱਟ ਪੁੱਟਿਆਂ ਕਥਾਕਾਰ ਕੀਰਤਨੀਆਂ ਨਿਕਲਣ ਲੱਗੇ। ਮੈਂ ਉਹਨਾਂ ਨੂੰ ਸਵਾਲ ਪੁੱਛਣਾ ਕਿ ਨਾਮ ਕੀ ਹੈ, ਆਹ ਗੱਲ ਕੀ ਹੈ, ਮੈਨੂੰ ਸਮਝ ਨਹੀਂ ਸੀ। ਗਰਮੀ ਸਟੂਡੈਂਟ ਸੀਗਾ ਮੈਂ ਪਟਿਆਲੇ, ਉਦੋਂ ਲੈਕਚਰ ਸੀਗਾ, ਇਹ 65-70 ਦੀ ਗੱਲ ਹੈ। ਉਹ ਕਹਿੰਦੇ ਬਾਣੀ ਨੂੰ ਪੜ੍ਹੋ, ਜਿਹੜੇ ਤੁਹਾਡੇ ਸ਼ੰਕੇ ਹੈਗੇ ਤੁਹਾਡੇ ਸਵਾਲਾਂ ਦੇ ਜਵਾਬ ਬਾਣੀ 'ਚੋਂ ਹੀ ਮਿਲ ਜਾਣਗੇ, ਔਰ ਉਹ ਬਿਲਕੁਲ ਗੱਲ ਠੀਕ ਹੈ। ਨਾ ਮੈਂ ਹੁਣ ਜੱਗੀ ਨੂੰ ਪੜ੍ਹਦਾ, ਨਾ ਮੈਂ ਕਾਨ ਸਿੰਘ ਸਾਧ ਸਿੰਘ ਜੀ ਵੀ ਮੈਂ ਨੁਕਸ ਲੱਭੇ। ਮੈਂ ਸੋਚਿਆ ਕਿ ਗੁਰਬਾਣੀ ਦੀ ਸਰਲ ਵਿਆਖਿਆ ਹੋਣੀ ਚਾਹੀਦੀ ਹੈ, ਤਾਂ ਮੈਂ ਇੱਕ ਪਹਿਲੀ ਐਫਰਟ ਕੀਤੀ ਹੈਗੀ ਹੈ ਗੁਰਬਾਣੀ ਦੀ ਸਰਲ ਵਿਆਖਿਆ। ਇੱਥੇ ਤੁਹਾਡੇ ਪ੍ਰਿੰਸੀਪਲ ਸੁਖਪਾਲ ਸਿੰਘ ਜੀ ਨੇ ਸ਼ਾਇਦ ਸੁਖਵੰਤ ਸਿੰਘ, ਉਹਨਾਂ ਦੀ ਭੈਣ ਕਹਿੰਦੀ ਉਹ 10 ਕਿਤਾਬਾਂ ਸਾਨੂੰ ਦੇ ਦਿਓ। ਸੋ ਇਹ 100 ਰੁਪਏ ਦੀ ਕਿਤਾਬ ਹੈ, ਇਹ ਸਪੋਕਸਮੈਨ ਪ੍ਰੈਸ ਨੇ ਛਾਪੀ ਹੋਈ ਹੈ। ਜੋ ਗੱਲਾਂ ਤੁਸੀਂ ਕਰ ਰਹੇ ਹੋ ਪਰਚਿਆਂ 'ਚ ਸਿਰ ਖਪਾਈ ਹੋ ਰਹੀ ਹੈ ਉਹ ਸਾਰਾ ਇਹਦੇ 'ਚ ਚੇਤਨਾ ਬਾਰੇ ਕਾਇਆ ਚੇਤਨਾ ਨੇ ਕਾਇਆ ਕਰ ਦਿੱਤਾ। ਇਹ 3 ਦਿਨ ਮੈਨੂੰ ਜੱਗੀ ਸਾਹਿਬ ਨੇ ਬੁਲਾਇਆ ਸੀ, ਕਹਿੰਦੇ ਵਿਆਖਿਆ ਕਰ। ਮੈਂ ਕਿਹਾ ਵਿਆਖਿਆ ਤਾਂ ਪੁਰਾਣੇ ਗ੍ਰੰਥਾਂ ਵਾਲੇ ਕਰਦੇ ਨੇ, ਹੁਣ ਤੁਸੀਂ ਕਾਇਆ ਪਾ ਲਓ, ਚੇਤਨਾ ਪਾ ਲਓ। ਤੁਹਾਨੂੰ ਗੂਗਲ ਜਿਹੜਾ ਉਹ ਸਾਰਾ ਕੁਛ ਅੱਗੇ ਦੱਸ ਦਿੰਦਾ, ਇਹ ਤਾਂ ਇੱਕ ਇੰਡੀਕੇਟਰ ਨੇ ਦਿੱਤਾ। ਤੋ ਇਹਦੇ 'ਚ 32 ਕੰਸੈਪਟ ਲਏ ਹੈਗੇ ਜਿਹਦੇ 'ਚ ਸੁਰਤ ਹੈਗੀ ਹੈ। ਜਦੋਂ ਬਾਬਾ ਸੋਹਣ ਸਿੰਘ ਨੇ ਮੈਨੂੰ ਭੇਜਿਆ, ਮੈਂ ਕਿਹਾ ਮੇਰੇ ਕੋਲ ਤਿਆਰ ਪੇਪਰ ਸੀਗਾ, ਤੁਹਾਨੂੰ ਪਤਾ ਤੁਸੀਂ ਸੈਮੀਨਾਰ ਹੁਣ ਕਰ ਰਹੇ ਹੋ, ਕ੍ਰਿਸਚਨ ਐਸੋਸੀਏਸ਼ਨ ਨੇ 9 ਫਰਵਰੀ ਨੂੰ ਇਸੇ ਟੋਪਿਕ ਦੇ ਉੱਤੇ ਕਾਨਫਰੰਸ ਬੰਬੇ ਕੀਤੀ, ਜਿਹਦੇ 'ਚ ਪੇਪਰ ਜਿਹਾ ਨੇ ਦੱਸਿਆ। ਮਸਲਾ ਇਹ ਸੀਗਾ ਕਿ ਚੇਤਨ ਅਸੀਂ ਸਾਰਾ ਗੁਰੂ ਗ੍ਰੰਥ ਸਾਹਿਬ ਨੂੰ ਖੋਲ੍ਹ ਬੈਠਦੇ ਹਾਂ, ਉਹਦੀ ਲੋੜ ਨਹੀਂ। ਅਸੀਂ ਫੋਕਸ ਕਰਨਾ ਹੈ ਕਿ ਚੇਤਨਾ ਗੁਰੂ ਗ੍ਰੰਥ ਸਾਹਿਬ 'ਚ ਆਉਂਦੀ ਹੈ, ਚੇਤਨਾ ਦਾ ਸ਼ਬਦ ਸਿਰਫ ਇੱਕ ਵਾਰੀ ਹੈ। ਮੈਂ ਇਹਨਾਂ ਨੂੰ ਕਿਹਾ ਜਦੋਂ ਇਹਨਾਂ ਨੇ ਇੰਗਲਿਸ਼ 'ਚ ਭੇਜਿਆ ਮੈਨੂੰ, ਕਿਉਂਕਿ ਮੈਂ ਬਾਹਰੋਂ ਪੜ੍ਹਿਆ ਸੀਗਾ ਵੀ ਇਹਨੇ ਕਰ ਰਿਹਾ ਸੈਮੀਨਾਰ, ਬੇਨਤੀ ਇਹਨਾਂ ਨੇ ਮੈਨੂੰ, ਇਹਨਾਂ ਕਿਹਾ ਉਹਦੇ 'ਚ ਕੰਸ਼ੀਅਸਨੈਸ। ਮੈਂ ਪੂਰਨ ਸਿੰਘ ਦਾ ਚੇਲਾ ਹੈਗਾ, ਫੈਨ ਹੈਗਾ, ਪੂਰਨ ਸਿੰਘ ਚੇਤਨਾ ਨਹੀਂ ਵਰਤਦਾ, ਸੁਰਤ ਨੂੰ ਵਰਤਦਾ। ਤਾਂ ਮੈਂ ਪੇਪਰ ਭੇਜਤਾ ਸੁਰਤ ਬਾਰੇ, ਫਿਰ ਇਹਨਾਂ ਨੇ ਪੰਜਾਬੀ 'ਚ ਭੇਜਿਆ ਸਰਕੂਲਰ ਚੇਤਨਾ, ਤਾਂ ਮੈਂ ਕਿਹਾ ਇਹ ਤਾਂ ਪੰਗਾ ਪੈ ਗਿਆ, ਹੁਣ ਤਾਂ ਲੜਾਈ ਚੇਤਨਾ ਦੀ ਸੁਰਤ ਨਾਲ ਹੋਊਗੀ। ਅਤੇ ਉਹ ਮੈਂ ਫਿਰ ਟੋਪਿਕ ਜਿਹੜਾ ਹੈਗਾ ਇਹਦੇ 'ਚ ਉਹੀ ਰੱਖਿਆ। ਪਰ ਫਿਰ ਮੈਂ ਦੋ ਬਾਬਿਆਂ ਨੂੰ ਮੰਨਦਾ, ਇੱਕ ਬਾਬਾ ਨਾਨਕ, ਇੱਕ ਬਾਬਾ ਗੁਰੂ। ਜਿਹੜੀ ਗੱਲ ਤੁਸੀਂ ਕਿਤੋਂ ਨਹੀਂ ਲੱਭਦੇ ਉਹ ਗੂਗਲ ਬਾਬਾ ਤੋਂ। ਜਦੋਂ ਮੈਂ ਗੂਗਲ ਨੂੰ ਪੁੱਛਿਆ, ਮੇਰਾ ਵਿਚਾਰ ਹੈ ਕਿ ਚੇਤਨਾ ਅਤੇ ਸੁਰਤ ਦੋਵੇਂ ਪਦ ਕੰਸ਼ੀਅਸਨੈਸ ਲਈ ਵਰਤੇ ਜਾ ਸਕਦੇ ਹਨ। ਜੇਕਰ ਗੂਗਲ ਨੂੰ ਪੁੱਛੋ ਤਾਂ ਉਹ ਕੰਸ਼ੀਅਸਨੈਸ ਲਈ ਚੇਤਨਾ ਪਦ ਵਰਤੋ, ਪੰਜਾਬੀ 'ਚ ਵਰਤਦਾ ਗੂਗਲ ਲੱਗਦਾ। ਅੰਗਰੇਜ਼ੀ ਦਾ ਸ਼ਬਦ ਕੋਸ਼ ਪੜ੍ਹੋ,
ਲਿੰਗੁਇਸਟਿਕਸ ਵਾਲਿਆਂ ਨੂੰ ਜ਼ਿਆਦਾ ਪਤਾ, ਮੈਂ ਤਾਂ ਕੋਈ ਵਿਸ਼ੇ ਨਹੀਂ ਦੇਖੀ। ਅੰਗਰੇਜ਼ੀ ਦੇ ਸ਼ਬਦ ਕੋਸ਼ ਵਿੱਚ ਕਈ ਸਮਾਨ ਅੰਤਰ ਬਹੁਤ ਸਾਰੇ ਇਹਦੇ ਅੰਸ਼ ਦਿੱਤੇ ਹੋਏ ਹਨ। ਜੋ ਮੈਨੂੰ ਸਭ ਤੋਂ ਅੱਛਾ ਲੱਗਿਆ ਢੁੱਕਵਾਂ ਸ਼ਬਦ ਕੰਸ਼ੀਅਸਨੈਸ ਲਈ, ਉਹ ਇਹ ਹੈਗਾ, ਕੰਸ਼ੀਅਸਨੈਸ ਉਹ ਵਰਤਾਰਾ ਹੈ, ਸੁਣੋ, ਜੋ ਸਾਨੂੰ ਅੰਤਰ ਆਤਮਾ ਨਾਲ ਜੋੜਦਾ। ਅੰਦਰ ਨਾਲ ਜੋੜਦਾ ਤਾਂ ਸੁਸਤ ਬਣ ਜਾਂਦੀ ਹੈ। ਜਦੋਂ ਬਾਹਰਲੀ ਦੁਨੀਆ ਦੀ ਵੀ ਸੋਝੀ ਕਰਵਾਉਂਦੇ, ਸਾਇੰਸ ਵਾਲੇ ਬਾਹਰਲੀ ਦੁਨੀਆ ਨਾਲ ਜੁੜੇ ਰਹੇ, ਇਸ ਕਰਕੇ ਜਿੰਨਾ ਵਰਤਾਰਾ ਬਾਹਰ ਹੋ ਰਿਹਾ ਹੈਗਾ ਉਹ ਵੀ ਕੰਸ਼ੀਅਸਨੈਸ 'ਚ ਆਉਂਦਾ, ਪਰ ਅੰਦਰ ਦਾ ਜਿਹੜਾ ਇਹ ਦੋ ਮੈਨੂੰ ਲੱਭੀਆਂ ਡਿਕਸ਼ਨਰੀ। ਹੁਣ ਗੱਲਾਂ ਸਭ ਨੇ ਵਿਗਿਆਨ ਦੀਆਂ ਕੀਤਾ, ਮੈਂ ਨਹੀਂ ਕਰਾਂਗਾ, ਪਰ ਇੰਨਾ ਇਸ਼ਾਰਾ ਕਰ ਦਿੰਦਾ, ਜਦੋਂ ਕਲਾਸਕੀ ਦੌਰ ਭੌਤਿਕ ਵਿਗਿਆਨੀਆਂ ਨੇ ਕਲਾਸਕੀ ਦੌਰ ਵਿੱਚ ਚੇਤਨਾ ਨੂੰ ਥਿਊਰੀਆਂ ਦੇ ਲਾਗੇ ਢੁੱਕਣ ਨਹੀਂ ਦਿੱਤਾ, ਕਹਿੰਦੇ ਸਾਨੂੰ ਕੋਈ ਲੋੜ ਨਹੀਂ, ਆਤਮਾ ਨੂੰ ਤਾਂ ਅਜੇ ਵੀ ਨਹੀਂ ਪਛਾਣਦੇ, ਪਰ ਕਹਿੰਦੇ ਸਾਨੂੰ ਕੋਈ ਲੋੜ ਨਹੀਂ ਚੇਤਨਾ ਦੀ ਸੁਰਤ ਦੀ, ਨਿਊਟਨ ਤੋਂ ਲੈ ਕੇ। ਪਰ ਜਦੋਂ 1926 ਬਾਅਦ ਕੁਆਂਟਮ ਮਕੈਨਿਕਸ ਆਉਂਦੀ ਹੈ, ਫਿਰ ਇਹਦੀ ਕਦਰ ਪਈ ਕੰਸ਼ੀਅਸਨੈਸ। ਜਦੋਂ ਕਲਾਸਕੀ ਦੌਰ ਦਾ ਬੋਲਬਾਲਾ ਖਤਮ ਹੋ ਗਿਆ ਤਾਂ ਕੁਆਂਟਮ ਸਿਧਾਂਤ ਦੇ ਪੈਰੋਕਾਰਾਂ ਨੇ ਚੇਤਨਾ ਦੇ ਰੋਲ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ। ਹੁਣ ਜਿਹੜੇ ਪ੍ਰਯੋਗ ਹੋਏ ਨੇ, ਆਧੁਨਿਕ ਪ੍ਰਯੋਗਾਂ ਨੇ ਸਿੱਧ ਕਰ ਦਿੱਤਾ ਕਿ ਚੇਤਨਾ ਬ੍ਰਹਿਮੰਡੀ ਪਸਾਰੇ ਵਿੱਚ ਵਿਦਮਾਨ ਹੈ। ਚੇਤਨਾ ਕੇਵਲ ਮਨੁੱਖ ਅਤੇ ਹੋਰ ਜੀਵ ਜੰਤੂਆਂ ਦੇ ਵਿਰਸੇ ਵਿੱਚ ਨਹੀਂ ਆਈ, ਬਲਕਿ ਅਜੀਬ ਵਸਤਾਂ ਦਾ ਅਨਿਖੜਵਾਂ ਅੰਗ ਹੈ। ਬੀਬੀ ਜੀ ਬਹੁਤ ਸਤਿਕਾਰਯੋਗ ਡਾਕਟਰ ਵੀ ਹੈਗੇ, ਕਹਿ ਕੇ ਗਏ, ਬੀਬੀ ਜੀ ਐਕਸਪੈਰੀਮੈਂਟਸ ਨੇ ਪ੍ਰੂਵ ਕਰਤਾ ਕਿ ਚੇਤਨਾ ਜੜ ਵਸਤਾਂ ਵਿੱਚ ਵੀ ਹੈਗੀ, ਪੱਥਰਾਂ ਵਿੱਚ ਵੀ ਚੇਤਨਾ ਹੈ। ਐਕਸਪੀ ਹੁਣ ਸਾਇੰਸ ਕਹਿ ਰਹੀ ਹੈ, ਤੁਸੀਂ ਨਹੀਂ ਕਹਿੰਦੇ, ਔਰ ਗੁਰੂ ਬਾਬੇ ਨੇ ਤਾਂ ਪਹਿਲਾਂ ਹੀ ਕਿਹਾ ਹੋਇਆ। ਗੁਰੂ ਸਾਹਿਬ ਨੇ ਗੁਰਬਾਣੀ 'ਚ ਬਿਆਨ ਕੀਤਾ ਹੈ, ਸੈਲ ਪੱਥਰ ਨੇ ਜੰਤ ਪਾਏ ਤਾਂ ਘਰ ਇੱਕ ਆ ਕੇ ਗੱਲ ਧਰਿਆ, ਅਸੀਂ ਰਹਿਰਾ ਸਾਹਿਬ ਕਰਦੇ। ਤੋ ਸਾਇੰਸ ਹੁਣ ਜਿਹੜੀ ਹੈ ਕਈ ਜਗ੍ਹਾ 'ਤੇ ਸਾਡੇ ਰਿਸ਼ੀਆਂ ਤੋਂ ਅੱਗੇ ਵੀ ਜਾ ਰਹੀ ਹੈ, ਪਰ ਇਹ ਜ਼ਰੂਰ ਹੈ ਕਿ ਗੁਰੂ ਬਾਬੇ ਦੇ ਬਚਨਾਂ ਨੂੰ, ਅਰਬਿੰਦ ਬੰਧਾਂ ਤੋਂ ਚੁਲਬੁਲਕਾਰਾ, ਇਹ ਸਾਰਿਆਂ ਨੂੰ ਸਪੋਰਟ ਮਿਲਦੀ ਹੈ ਸਾਇੰਟਿਫਿਕ ਥਿਊਰੀ। ਚੇਤਨਾ ਅਤੇ ਸੁਰਤ ਦਾ ਆਪੋ 'ਚ ਸੰਬੰਧ ਹੈਗਾ, ਮੈਂ ਇਹਨਾਂ ਨੂੰ ਅਲੱਗ ਕਰਕੇ ਨਹੀਂ ਦੇਖਦਾ, ਕੁਛ ਹਵਾਲਾ ਗ੍ਰੰਥਾਂ ਦਾ ਮੈਂ ਜ਼ਿਕਰ ਕਰਦਾ ਹੈਗਾ। ਰਤਨ ਸਿੰਘ ਜਗਜੀ ਦੇ ਗੁਰੂ ਗ੍ਰੰਥ ਵਿਸ਼ਵ, ਐਡਾ ਵੱਡਾ ਗ੍ਰੰਥ ਹੈ, ਹਜ਼ਾਰਾਂ ਪੇਜ, ਮੈਂ ਤਾਂ 100 ਸਫ਼ੇ 150 ਸਫ਼ੇ 'ਚ ਲਿਖੇ ਨੇ ਕੰਸੈਪਟ। ਉਹ ਗ੍ਰੰਥ ਇਹ ਹੁੰਦਾ ਕਿ ਕਾਪੀਜ਼ ਹੋ ਰਹੀਆਂ ਨੇ, ਇੱਕ ਦਾ ਲਿਖਿਆ ਗਿਆਨੀ ਬਦਨ ਸਿੰਘ ਦਾ ਟੀਕਾ, ਉਹੀ ਫਿਰ ਅੱਗੇ ਨਕਲਾਂ ਚੱਲ ਚੱਲ ਕੇ ਕਿਤਾਬ। ਮੈਂ ਪਹਿਲਾਂ ਨੂੰ ਪੁੱਛਿਆ ਪਿਆਰਾ ਸਿੰਘ ਨੂੰ, ਮੈਂ ਕਿਹਾ ਨੜੇ ਨਹੀਂ ਕਿਤਾਬਾਂ ਕਿਵੇਂ, ਉਹ ਕਹਿੰਦਾ ਕਿਤਾਬ ਇੱਕ ਲਿਖੀ ਜਾਂਦੀ ਹੈ, ਅੱਗੇ ਉਹਦੇ 'ਚ ਜੰਮਦੀਆਂ ਨੇ ਕਿਤਾਬਾਂ। ਸੋ ਗੱਲ ਬਿਲਕੁਲ ਠੀਕ ਹੈ। ਸੋ ਇਹ ਜਿਹੜਾ ਜੱਗੀ ਸਾਹਿਬ ਨੇ ਚੇਤਨਾ ਬਾਰੇ ਕੋਈ ਵਿਚਾਰ ਨਹੀਂ ਦਿੱਤਾ, ਸੁਰਤ ਨੂੰ ਨਹੀਂ ਵਿਚਾਰਿਆ, ਸੁਰਤ ਸ਼ਬਦ ਯੋਗ ਦੇ ਗੱਲ ਕੀਤੀ। ਫਿਰ ਮੈਂ ਲੱਭਿਆ ਭਾਈ ਵੀਰ ਸਿੰਘ, ਸਾਡੇ ਮਹਾਨ ਕਵੀ ਔਰ ਪੂਜਾ ਯੋਗ ਹੈਗੇ, ਤਾਂ ਮੈਨੂੰ ਇਹਨਾਂ 'ਚ ਵੀ ਨੁਕਸ ਲੱਭਿਆ, ਬੁਰਾ ਨਾ ਮੰਨਿਓ, ਹਰ ਬੰਦੇ 'ਚ ਨੁਕਸ ਹੁੰਦਾ, ਕੋਈ ਪਰਫੈਕਟ ਨਹੀਂ ਹੁੰਦਾ। ਭਾਈ ਵੀਰ ਸਿੰਘ ਦੇ ਗੁਰੂ ਗ੍ਰੰਥ ਕੋਸ਼ ਵਿੱਚ ਚੇਤਨਾ ਨੂੰ ਬੁੱਧੀ ਪਲ ਨਾਲ ਪ੍ਰਭਾਸ਼ਿਤ ਕੀਤਾ ਗਿਆ। ਉਦਾਹਰਣ ਲਈ, ਇੱਕੋ ਵਾਰੀ ਚੇਤਨਾ ਸ਼ਬਦ ਆਇਆ ਗੁਰਬਾਣੀ 'ਚ ਗੁਰੂ ਤੇਗ ਬਹਾਦਰ ਦਾ, ਗਲਤ ਨਾ ਬੋਲਾਂ, ਉਹ ਤੁਕ ਹੈਗੀ ਹੈ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਖਿਨ ਖਿਨ ਔਧ ਵਿਹਾਰ ਹੈ, ਫੂਟੇ ਘੱਟ ਜੋ ਪਾਣੀ। ਤੋ ਹੁਣ ਦੇਖੋ, ਸਾਡੇ ਮਹਾਂਕਵੀ ਡਾਕਟਰੇਟ ਦਿੱਲੀ, ਪਰ ਉਹਨਾਂ ਨੇ ਸਾਇੰਸ ਨਹੀਂ ਸੀ ਪੜ੍ਹੀ, ਪਤਾ ਨਹੀਂ ਇੱਕ ਦੂਜੇ ਦੀ ਕਾਹਨ ਸਿੰਘ ਨਾਭਾ ਜਾਂ ਇੱਕ ਹੋਰ ਨਕਲ ਕਰਦੇ ਸੀ, ਜਾਂ ਭਾਈ ਵੀਰ ਸਿੰਘ ਨੇ ਕਾਹਨ ਸਿੰਘ ਨਾਭਾ ਦਾ ਉਹ ਜਿਹੜਾ ਹੈਗਾ ਉਹ ਮਹਾਨ ਕੋਸ਼ ਹੈ ਉਹਦੇ 'ਚੋਂ ਕੀਤਾ। ਪਰ ਮੈਂ ਹੁਣ ਦੋਨਾਂ ਦੇ ਨੁਕਸ ਲੱਭ ਰਿਹਾ, ਐਜ਼ ਏ ਵਿਗਿਆਨੀ, ਐਜ਼ ਏ ਸਿੱਖ ਮੈਂ ਨਹੀਂ ਨੁਕਸ ਲੱਭਦਾ, ਐਜ਼ ਏ ਸਾਇੰਟਿਫਿਕ ਰਿਸਰਚਰ। ਭਾਈ ਸਾਹਿਬ ਕੀ ਕਹਿੰਦੇ ਹੈਗੇ ਸੁਰਤ ਲਈ? ਨਹੀਂ, ਹਾਂ, ਗੁਰੂ ਗ੍ਰੰਥ ਭਾਈ ਸਾਹਿਬ ਦਾ ਜਿਹੜਾ ਹੈਗਾ ਉਹਦੇ 'ਚ ਲਿਖਿਆ ਚੇਤਨਾ ਹੈ ਤੋ ਚੇਤ ਲੈ, ਇਹਦਾ ਟਰਾਂਸਲੇਸ਼ਨ ਕੀ ਕਰ ਰਹੇ ਨੇ, ਜਾਂ ਮਤਲਬ ਜਿਹੜਾ ਸਿੱਖਾਂ ਨੂੰ ਹੁਣ ਤੱਕ ਕਨਫਿਊਜ਼ ਕਰਦਾ ਔਰ ਬੁੱਧੂ ਵੀ ਬਣਾ ਦਿੰਦਾ। ਜੇਕਰ ਬੁੱਧੀ ਹੈ ਉਹ ਕੌਮਾਂ ਲਾ ਦਿੰਦੇ ਨੇ, ਕੌਮਾਂ ਨਹੀਂ ਹੈ ਬਾਣੀ ਵਿੱਚ, ਉੱਥੇ ਕੌਮਾਂ ਨਹੀਂ, ਗੁਰੂ ਗ੍ਰੰਥ ਤੇਗ ਬਹਾਦਰ ਸਾਹਿਬ ਨੇ ਸਿੱਧਾ ਲਿਖਿਆ ਚੇਤਨਾ ਹੈ ਤੋ ਚੇਤ ਲੈ। ਵਾਰਨਿੰਗ ਹੈ ਤੁਹਾਨੂੰ ਕਿ ਜੇ ਤੂੰ ਰੱਬ ਨੂੰ ਚੇਤਨਾ ਹੈ ਤਾਂ ਚੇਤ ਲੈ, ਤੇਰੀ ਉਮਰ ਲੰਘਦੀ ਜਾਂਦੀ ਹੈ, ਜਿਵੇਂ ਆਪਣੇ ਘੜੇ ਦੇ ਵਿੱਚੋਂ ਪਾਣੀ ਲੀਕ ਕਰਦਾ, ਇਸ ਤਰ੍ਹਾਂ ਤੇਰੀ ਹਾਲਤ ਹੈ।
ਭਾਈ ਸਾਹਿਬ ਨੇ ਇਹ ਲਿਖਿਆ ਚੇਤਨਾ ਹੈ ਜੋ ਚੇਤਨਾ, ਮੈਨੂੰ ਲੱਗਦਾ ਉਹਨਾਂ ਨੇ ਇੱਥੇ ਕੌਮਾਂ ਲਾ ਤਾ ਚੇਤਨਾ ਹੈ ਤੋਂ ਬਾਅਦ, ਜੇਕਰ ਬੁੱਧੀ ਹੈ ਤਾਂ ਯਾਦ ਕਰਨਾ। ਮੈਨੂੰ ਇਹ ਬੜਾ ਹਾਸੋ ਜਿੰਨਾ ਉਹਨਾਂ ਦਾ ਲੱਗਿਆ ਵੀ ਜੇ ਬੁੱਧੀ ਹੈ ਤਾਂ ਚੇਤਨਾ, ਵੈਸੇ ਨਹੀਂ ਚੇਤ ਸਕਦਾ ਬੁੱਧੀ ਨਾਲ ਜੋੜਦਾ। ਦੂਜੇ ਪਾਸੇ ਦੇਖੋ ਭਾਈ ਕਾਨ ਸਿੰਘ ਨਾਭਾ ਮਹਾਨ ਸਾਡੇ ਹੋਏ ਨੇ, ਸਭ ਤੋਂ ਟੋਪ 'ਤੇ ਮੈਂ ਮੰਨਦਾ। ਉਹਨਾਂ ਦੇ ਮਹਾਨ ਕੋਸ਼ ਵਿੱਚ ਭਾਈ ਵੀਰ ਸਿੰਘ ਦੀ ਵਿਆਖਿਆ ਦਾ ਹੂ ਗੂਲ ਰੂਪ ਮਿਲਦਾ ਹੈ। ਕੇਵਲ ਸ਼ਬਦਾਂ ਦੀ ਹੇਰਾਫੇਰੀ ਕਰਦੇ ਨੇ ਇਸ ਕਾਲ। ਉਹਨਾਂ ਨੇ ਕੀ ਲਿਖਿਆ, ਚੇਤਨਾ ਹੈ ਤਾਂ ਚੇਤਨਾ, ਜੇ ਸਮਝ ਹੈ ਤਦ ਚੇਤਨਾ, ਦਿਸ ਇਜ਼ ਨਾਟ ਦੀ ਰੀਅਲ ਮੀਨਿੰਗ। ਗੁਰੂ ਸਾਹਿਬ ਨੇ ਤਾਂ ਕਿਹਾ ਵੀ ਭਾਈ ਤੂੰ ਚੇਤਨਾ ਹੈ ਤਾਂ ਚੇਤਨਾ, ਜੇ ਤੂੰ ਤੇਰੇ ਕੋਲ ਟਾਈਮ ਹੈ ਐਫਰਟ ਹੈ ਤਾਂ ਤੂੰ ਰੱਬ ਨੂੰ ਸਿਮਰ ਮੈਮੋਰਾਈਜ਼ ਕਰ। ਮੈਂ ਚੇਤਨਾ ਨੂੰ ਉਹ ਉਹਨਾਂ ਦੋਨਾਂ ਤੋਂ ਯਾਦ ਹੈ। ਹੁਣ ਅੱਗੇ ਸੁਰਤ ਬਾਰੇ ਭਾਈ ਸਾਹਿਬ ਕੀ ਕਹਿੰਦੇ ਨੇ, ਸੁਰਤ ਲਈ ਕਾਨ ਸਿੰਘ ਅਤੇ ਭਾਈ ਵੀਰ ਸਿੰਘ ਨਾਲ ਸਹਿਮਤ ਹੋ ਕੇ ਹੋਰ ਸਭ ਜੋ ਸ਼ਬਦ ਭਾਈ ਵੀਰ ਸਿੰਘ ਨੇ ਦੋ ਦਿੱਤੇ ਸੁਰਤ ਲਏ, ਕਾਨ ਸਿੰਘ ਨੇ ਉਹ ਦੋਏ ਰੱਖ ਲਏ, ਪੰਜ ਹੋਰ ਦਿੱਤੇ। ਮੈਂ ਕਈ ਵਾਰੀ ਸੋਚਦਾ ਨਾਮ ਬਾਰੇ ਕਿ ਦਵਿੰਦਰ ਸਿੰਘ ਸਿੱਖ ਨੂੰ ਹੈਗਾ, ਉਹ ਵੀ ਸਾਇੰਟਿਸਟ ਹੈ, ਕਈ ਨਾਮ ਚਾਰ ਕਿਸਮ ਦਾ ਚਾਰ ਮਤਲਬ। ਮੈਂ ਕਹਿੰਦਾ ਜੇ ਇਹ ਟ੍ਰੈਡੀਸ਼ਨ ਚੱਲੀ ਤਾਂ ਸਿੱਖ ਤਾਂ ਕਮਲੇ ਹੋ ਜਾਣਗੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗੂਗਾ। ਹੁਣ ਮੈਂ ਸੋਹਣ ਸਿੰਘ ਨੂੰ ਪਛਾਣਨਾ, ਸੋਹਣ ਸਿੰਘ ਇਹ ਸੁਹਾਣਾ ਸਿੰਘ ਕਹਿ ਸਕਦੇ ਹੋ, ਸੋਹਣਾ ਸਿੰਘ ਕਹਿ ਸਕਦੇ ਹੋ, ਪਰ ਆਇਡੈਂਟੀਟੀ ਤਾਂ ਮੈਨੂੰ ਸੋਹਣ ਸਿੰਘ ਹੀ ਪਤਾ ਹੈ। ਅਤੇ ਇੱਥੇ ਸੁਰਤ ਦੇ ਕਾਨ ਸਿੰਘ ਨੇ ਫਿਰ ਤੁਕਾਂ ਵੀ ਦੇ ਦਿੰਦੇ ਨੇ ਨਾਲ। ਮੈਂ ਇਸ ਚੀਜ਼ ਨੂੰ ਪਸੰਦ ਨਹੀਂ ਕਰਦਾ, ਹੋ ਸਕਦਾ ਉਹ ਠੀਕ ਹੋਣ। ਉਹਨਾਂ ਨੇ ਸੁਰਤ ਦੇ ਲਈ ਕੀ ਵਰਤਿਆ, ਕਿਰਤਾ ਧਿਆਨ ਉੱਤਮ ਪ੍ਰੀਤ ਸੁਣਨਾ ਕੰਨ ਸੁਰਤੀ ਯਾਦ। ਔਰ ਉਹਦੇ 'ਚੋਂ ਭਾਈ ਸਾਹਿਬ ਨੇ ਔਰ ਦੋਨਾਂ ਨੇ ਇੱਕ ਗੱਲ ਕਹੀ ਹੈ ਕਿ ਜਿਹੜਾ ਸੁਰਤ ਹੈਗਾ ਇਹ ਇਹਦੇ ਰੂਪ ਤਾਂ ਇਹ ਜਾਣਦੇ ਨੇ ਕਿ ਇਹ ਸ਼ਰੂਤੀ ਜਿਹਦੇ 'ਚੋਂ ਮਿਲਦਾ ਹੈ ਔਰ ਸਿਮਰ ਦੀਆਂ ਮਿਲਦੀਆਂ, ਸ਼ਰੂਤੀ ਔਰ ਸਿਮਰਤੀ ਨੂੰ ਇਕੱਠਾ ਕਰਕੇ ਗੁਰੂ ਸਾਹਿਬ ਨੇ ਸੁਰਤ ਬਣਾਇਆ। ਚਲੋ ਮੰਨ ਲੈਂਦੇ ਲਿੰਗਵਿਸਟਿਕ ਠੀਕ ਹੈ। ਹੁਣ ਮੇਰੀ ਨਿੱਜੀ ਰਾਏ ਇਹਨਾਂ ਤੋਂ ਵੱਖਰੀ ਹੈ, ਗੁੱਸੇ ਨਾ ਹੋਇਓ ਕਿ ਮੈਂ ਭਾਈ ਵੀਰ ਸਿੰਘ ਨੂੰ ਮੱਥਾ ਨਹੀਂ ਟੇਕਦਾ, ਨਾ ਕਾਨ ਸਿੰਘ ਨੂੰ ਟੇਕਦਾ, ਮੈਂ ਤਾਂ ਗੁਰੂ ਬਾਬੇ ਨੂੰ ਟੇਕਦਾ। ਉਹ ਇਹ ਹੈਗਾ, ਮੇਰੀ ਨਿੱਜੀ ਰਾਏ ਕਿ ਗੁਰੂ ਸਾਹਿਬ ਤਾੜਨਾ ਕਰਦੇ ਹਨ ਕਿ ਪ੍ਰਭੂ ਪਰਮਾਤਮਾ ਨੂੰ ਯਾਦ ਕਰਦਾ, ਕਿਉਂਕਿ ਬੰਦੇ ਤੇ ਉਮਰ ਘੱਟਦੀ ਜਾਂਦੀ ਹੈ ਵਿਆਕਰਨ ਦੇ ਹਿਸਾਬ ਨਾਲ। ਹੁਣ ਇਹ ਮੈਨੂੰ ਕਹਿੰਦੇ ਕਿ ਮੈਂ ਵਿਆਕਰਨ ਅੰਗਰੇਜ਼ੀ ਪੜ੍ਹੀ ਨਾ, ਪਰ ਮੇਰੀ ਇਹ ਇੰਟਿਊਸ਼ਨ ਹੈਗੀ ਹੈ, ਮੇਰਾ ਇਹ ਅਨੁਭਵ ਲੱਗਦਾ ਹੈ ਕਿ ਚੇਤ ਔਰ ਚੇਤਨਾ ਦਾ ਇੱਕੋ ਹੀ ਰੂਟ ਹੈ। ਚੇਤਨਾ ਚੇਤ ਤੋਂ ਚੇਤੇ ਤੋਂ ਹੀ ਆਈ ਹੈਗੀ, ਇਹ ਅੱਡ ਅੱਡ ਸ਼ਬਦ ਨਹੀਂ ਹੈਗੇ। ਗੁਰਬਾਣੀ ਵਿੱਚ ਸਪਸ਼ਟੀਕਰਨ, ਜਿਵੇਂ ਗਿਆਨੀ ਜੀ ਨੇ ਕਿਹਾ ਮੈਨੂੰ ਕਿ ਜੇ ਸ਼ੱਕ ਪਏ ਤਾਂ ਗੁਰਬਾਣੀ 'ਚੋਂ ਇਲਾਜ ਲੱਭੋ, ਗੁਰਬਾਣੀ ਮੇਰਾ ਸ਼ੱਕ ਦੂਰ ਕੀਤਾ। ਗੁਰਬਾਣੀ 'ਚੋਂ ਸਪਸ਼ਟੀਕਰਨ ਮਿਲਦਾ ਹੈ, ਚੇਤਨਾ ਅਤੇ ਚੇਤਨੀ ਪਲ ਪ੍ਰਭ ਨੂੰ ਯਾਦ ਕਰਦੇ ਵਰਤੇ ਹਨ। ਹੁਣ ਤੁਕਾਂ ਹੈਗੀਆਂ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੋਚੇ। ਫਿਰ ਅੱਗੇ ਆਇਆ ਨਾਨਕ ਜੇ ਨਾਮ ਨਾ ਚੇਤਨੀ, ਜੇ ਤੁਸੀਂ ਨਾਮ ਨੂੰ ਚੇਤੇ ਨਹੀਂ ਕਰਦੇ ਜਾਂ ਤੁਸੀਂ ਸਿਮਰਦੇ ਨਹੀਂ, ਤਿੰਨ ਤਿੱਖ ਪਹਿਲਾਂ ਦੇਖਾਂ। ਫਿਰ ਤੀਜੀ ਤੋਂ ਵੀ ਇਸੇ 'ਤੇ ਹੈ, ਮਨਮੁੱਖ ਨਾਮ ਨਾ ਚੇਤਨ, ਇਹਦਾ ਮਤਲਬ ਇੱਥੇ ਬੁੱਧੀ ਦੀ ਗੱਲ ਹੀ ਨਹੀਂ ਹੋਈ, ਕੋਸ਼ ਦੀ ਗੱਲ ਹੀ ਨਹੀਂ ਹੋਈ ਜੋ ਭਾਈ ਵੀਰ ਸਿੰਘ ਅਤੇ ਕਾਨ ਸਿੰਘ ਕਹਿ ਰਹੇ। ਮਨਮੁੱਖ ਨਾਮ ਨਾ ਚੇਤਨੀ ਬਿਨ ਨਾਮ ਹੀ ਦੁੱਖ ਕਰਵਾਈ। ਗੁਰਬਾਣੀ ਵਿੱਚ ਚੇਤਨਾ ਪਦ ਇੱਕ ਵਾਰੀ ਆਇਆ, ਤੁਹਾਨੂੰ ਪਤਾ ਹੀ ਹੈ ਗੁਰਦੇਵ ਬਾਦਲ ਨੂੰ, ਪਰ ਚੇਤਨੀ ਸੱਤ ਵਾਰ ਆਇਆ, ਉਸ ਤੋਂ ਬਾਅਦ ਚੇਤੇ ਚੇਤ ਔਰ ਚਿੱਤ ਹੈ ਇਹ 11 ਵਾਰੀ ਆਇਆ, ਪਰ ਸੁਰਤ 121 ਜਾਂ 123 ਜੋ 25 ਆ ਉਹ ਤਾਂ ਦੇ ਵਿੱਚ ਹੋ ਜਾਂਦਾ। ਤੋ ਇਹ ਜਿਹੜੀਆਂ ਟੂਟਾਂ ਨੇ ਉਹ ਸਿੱਧ ਕਰਦੀਆਂ ਨੇ ਕਿ ਇਹ ਚੇਤਾ ਚੇਤਾ ਸਾਡੀ ਮੈਮੋਰੀ ਹੁੰਦੀ ਹੈ, ਸਮ ਹਿੰਦੀ ਵਾਲੇ ਜਾਂ ਜਾਣਦੇ ਸਮਰਨ ਕਰਨਾ, ਸਿਮਰਨ ਕਰਨਾ, ਉਹ ਇੱਕ ਚੇਤਾ ਹੈਗਾ। ਇਹ ਉਹ ਨਹੀਂ ਹੈਗਾ ਜਿਹੜਾ ਭਾਈ ਵੀਰ ਸਿੰਘ ਅਤੇ ਕਾਨ ਸਿੰਘ ਹੋਰਾਂ ਨੇ ਕੀਤਾ। ਇਹਦੇ 'ਚ ਹੋਰ ਟੂਟਾਂ ਜਿਹੜੀਆਂ ਮੈਂ ਲਈਆਂ ਨੇ ਚੇਤੇ ਬਾਰੇ ਉਹ ਹੈਗੀਆਂ, ਹਰ ਚੇਤ ਆਹੇ ਤਿੰਨਾਂ ਸਫਲ ਹੈ, ਵੀ ਜਿਹੜਾ ਰੱਬ ਨੂੰ ਯਾਦ ਕਰਕੇ ਅਨੁਪਾਣੀ ਸ਼ਬਦ ਹੈ ਉਹੀ ਸਫਲ ਹੈਗਾ। ਅਚੇਤਾ ਹੱਥ 'ਤੇ ਡਰ ਹੈ, ਇੱਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਏ, ਸੋ ਚੇਤੇ ਜਿਸ ਆਪ ਦਿੱਤਾ। ਫਿਰ ਚੇਤਾ ਵੀ ਉਹੀ ਹੈ ਜਿਹਨੂੰ ਆਪ ਉਹਦੇ 'ਤੇ ਕਿਰਪਾ ਹੁੰਦੀ, ਉਹ ਵਾਹਿਗੁਰੂ ਨੂੰ ਚੇਤਾ ਕਰਦਾ। ਮੈਂ ਬਹੁਤੀਆਂ ਤੁਕਾਂ ਛੱਡ ਦਿੰਦਾ, ਹੁਣ ਮੈਂ ਸੁਰਤ 'ਤੇ ਆਉਣਾ। ਜਿਹੜਾ ਤੁਹਾਡਾ ਸੁਰਤ ਦਾ ਹੈਗਾ, ਇਹ ਜਪਜੀ ਦੇ ਵਿੱਚ ਭੇਦ ਖੋਲਤਾ ਸੀ ਗੁਰੂ ਨਾਨਕ ਨੇ, ਗੁਰਬਾਣੀ 127 ਵਾਰ 127 ਜਪਜੀ ਵਿੱਚ 3 ਵਾਰ ਸੁਰਤ ਪਦ ਵਰਤਿਆ। ਪਹਿਲਾਂ ਵਰਤਿਆ ਗੁਰੂ ਜੀ ਨੇ ਮੰਨੇ ਦੀਆਂ ਪੌੜੀਆਂ, ਮੰਨੇ ਸੁਰਤ
ਹੋਵੇ ਮਨ ਬੁੱਧ, ਜੇ ਤੁਸੀਂ ਮੰਨਦੇ ਹੋ ਉਹਦਾ ਡਿਫੋਕਟ ਕਰਦੇ ਹੋ, ਮੰਨਣ ਵੀ ਇੱਕ ਸਮਰਨ ਹੈਗੀ ਹੈ ਵੀ, ਤਾਂ ਤੁਹਾਡਾ ਮਨ ਔਰ ਬੁੱਧ ਜਿਹੜਾ ਉਹ ਸੁਰਤ ਦੇ ਪਦ 'ਤੇ ਪਹੁੰਚ ਜਾਂਦਾ। ਇਹਦਾ ਮਤਲਬ ਜਿਹੜਾ ਮਾਇੰਡ ਹੈ, ਇੰਟਰਲੈਕਟ ਹੈ, ਲੋਅਰ ਲੈਵਲ ਦੀਆਂ ਚੀਜ਼ਾਂ, ਸੁਰਤ ਹਾਇਰ ਲੈਵਲ, ਸਿਲਾਈ ਸਿਲਾਈ ਇੱਥੇ ਸੁਰਤ ਨਾ ਪਾਈਏ। ਪਰ ਜਿਹੜਾ ਸਭ ਤੋਂ ਵਧੀਆ ਮੈਨੂੰ ਲੱਗਦਾ ਜਪਜੀ ਦੇ ਵਿੱਚ ਆਉਂਦਾ, ਕਿੱਥੇ ਘੜੀਏ ਸੁਰਤ ਮਤ ਮਨ ਬੁੱਧ। ਮਨ ਬੁੱਧ ਨੂੰ ਜਦੋਂ ਤੁਸੀਂ ਗੁਰੂ ਨਾਲ ਜੋੜ ਕੇ ਕਰਦੇ ਹੋ ਤਾਂ ਸੁਰਤ ਦੀ ਅਵਸਥਾ 'ਤੇ ਪਹੁੰਚ ਜਾਂਦੇ ਹੋ। ਉਪਰਲੀਆਂ ਤੁਕਾਂ ਤੋਂ ਸਪੱਸ਼ਟ ਹੈ ਕਿ ਸੁਰਤ ਮਨ ਅਤੇ ਬੁੱਧੀ ਤੋਂ ਵਧੇਰੇ ਕਾਰਗਰ ਅਵਸਥਾ ਨਿਕਲਦੀ ਹੈ। ਸੁਰਤ ਇੱਕ ਪਾਸੇ ਮਨ ਅਤੇ ਬੁੱਧੀ ਨਾਲ ਜੁੜੀ ਹੋਈ ਹੈ, ਵਾਸਤਾ ਰੱਖਦੀ ਮਨ ਬੁੱਧੀ ਨਾਲ ਸੁਰਤ ਨੂੰ, ਦੂਜੇ ਪਾਸੇ ਇਸਦੀ ਤਾਰ ਆਤਮਾ ਨਾਲ ਜੁੜੀ ਹੁੰਦੀ ਹੈ। ਤਾਂ ਸੁਰਤ ਦਾ ਕਨੈਕਸ਼ਨ ਥਰੂ ਬਾਡੀ ਮਾਇੰਡ ਐਂਡ ਇੰਟਰਲੈਕਟ ਨਾਲ ਹੈ, ਔਰ ਉੱਪਰ ਤੇਰਾ ਫਿਜ਼ੀਕਲ ਜਿਹੜਾ ਹੈਗਾ ਸਟੇਟ ਉਹਦੇ 'ਚ ਆਤਮਾ ਨਾਲ ਜੁੜਦੀ ਹੈ। ਸੁਰਤ ਜਿਹੜੀ ਹੈ ਬੰਦੇ ਲਈ, ਉਹ ਪੂਰਨ ਸਿੰਘ ਦੀਆਂ ਰਚਨਾਵਾਂ ਦੇ ਸ਼ਬਦ ਕਰਦੇ ਆ, ਇਹ ਥਰਮਾਮੀਟਰ ਦੇ ਪਾਰੇ ਦੀ ਨਹੀਂ ਆਈ। ਜਦੋਂ ਪੱਖਾ ਨਹੀਂ ਸੀ ਚੱਲਦਾ ਤਾਂ ਮੇਰਾ ਪਾਰਾ ਉੱਪਰ ਜਾ ਗਿਆ ਸੀਗਾ ਸਰੀਰ ਦਾ, ਮੈਂ ਔਖਾ ਹੋ ਗਿਆ ਸੀ। ਪੱਖਾ ਚੱਲ ਜੇ, ਏ ਸੀ ਚੱਲ ਜੇ, ਤੁਸੀਂ ਬੜੇ ਵਧੀਆ ਪਸੰਦ ਕਰ। ਤਾਂ ਸੁਰਤ ਵੀ ਤੁਹਾਡੀ ਸਿੱਖ ਦੀ ਸੁਰਤ ਜਿਹੜੀ ਹੈ ਉਹ ਕਾਇਮ ਨਹੀਂ ਰਹਿੰਦੀ ਹੈਗੀ, ਕਦੀ ਮਾਇਆ ਦੇ ਵਿੱਚ, ਕਦੀ ਹਉਮੈ 'ਚ ਹੈਗੀ, ਪਰ ਹਉਮੈ ਮਾੜੀ ਨਹੀਂ, ਮੈਂ ਉਹ ਅੱਜ ਲਿਖਾਂਗਾ। ਕਦੀ ਹਉਮੈ ਹਉਮੈ ਵਿੱਚ ਜਗ ਉਪਜੇ ਪੁਰਖਾ, ਹਉਮੈ ਵਿੱਚ ਕਿਣਸ ਜਾਏ। ਅਸੀਂ ਨਾ ਕਾਮ ਮਾੜਾ, ਕ੍ਰੋਧ ਮਾੜਾ, ਕਾਮ ਨਹੀਂ ਤਾਂ ਫਿਰ ਦੁਨੀਆਂ ਕਿੱਥੋਂ ਪੈਦਾ ਹੋਵੇ। ਤਾਂ ਇਹ ਇੱਕ ਨੈਗੇਟਿਵਿਟੀ ਸਿੱਖਾਂ 'ਚ ਵੀ ਆ ਰਹੀ ਹੈਗੀ, ਹਉਮੈ ਨੂੰ ਭੰਨੀ ਜਾਂਦੇ। ਤਾਂ ਇਹ ਜਿਹੜਾ ਹੈਗਾ ਸੁਰਤ ਦਾ, ਸੁਰਤ ਥਰਮਾਮੀਟਰ ਦੇ ਪਾਰੇ ਪਾਰੇ ਗਰਮੀ ਸਰਦੀ, ਤਾਂ ਇਹ ਸਾਨੂੰ ਫੀਲ ਹੋਣੀ ਚਾਹੀਦੀ ਹੈ। ਜਿਹੜੇ ਸੁਲਝੇ ਸਿੱਖ ਨੇ, ਜਦੋਂ ਜਾਂਦੇ ਸੀ ਬਾਬਾ ਦੀਪ ਸਿੰਘ ਹੈਗਾ ਜਾਂ ਭਾਈ ਤਾਰੂ ਸਿੰਘ, ਉਹ ਸ਼ਹੀਦੀ ਕਿਉਂ ਦੇ ਗਏ? ਉਹ ਸੁਰਤ ਦੀ ਚੜ੍ਹਾਈ ਸੀ। ਹੁਣ ਦੇ ਸਿੱਖਾਂ 'ਚ ਨਹੀਂ, ਮਨ ਮਰਦ ਰੱਖ ਕੇ ਵੀ ਫਿਰ ਜੂਸ ਪੀ ਲੈਂਦੇ ਨੇ ਆ ਕੇ। ਇਹ ਹੈਗਾ ਮਿਲ ਮਾਇਆ। ਸੁਰਤ ਜਿਹੜੀ ਹੈ ਮਾਇਆ ਡਰਾਉਂਦੀ। ਸੁਰਤ ਨੂੰ ਤੁਸੀਂ ਕਾਇਮ ਰੱਖਣ ਲਈ ਸਿਮਰਨ ਹੈ, ਹੋਰ ਬੜੇ ਮੈਥਡ ਨੇ ਜੋ ਗੁਰਬਾਣੀ ਮਿਲ ਮਾਇਆ ਸੁਰਤ ਗੁਆਈ। ਗੁਰੂ ਸਾਹਿਬ ਨੇ ਕਿਹਾ ਵੀ ਮਾਇਆ ਦੇ ਚੱਕਰ 'ਚ ਸੁਰ ਫਿਰ ਹੈ ਪੜ੍ਹ ਪੜ੍ਹ ਲੂ। ਜੇ ਪੜ੍ਹਾਈ ਵੀ ਬਹੁਤੀ ਕੁਆਂਟਮ ਮਕੈਨਿਕਸ ਐਵੇਂ ਕਈ ਹੁਣ ਪੜ੍ਹਨ ਲੱਗ ਕੇ ਜਿਨ੍ਹਾਂ ਨੇ, ਨਹੀਂ ਮੈਂ ਕੁਆਂਟਮ ਮਕੈਨਿਕ ਦੀ ਗੱਲ ਹੀ ਨਹੀਂ ਕਰਦੀ। ਪੜ੍ਹ ਪੜ੍ਹ ਲੂ ਜੇ ਬਾਅਦ ਉਹ ਖਾਣੇ ਮਿਲ ਮਾਇਆ ਸੁਰਤ ਗੁਆਈ। ਫਿਰ ਸਿਮਰਤ ਸ਼ਾਸਤਰ ਦੀ ਗੱਲ ਗੁਰੂਆਂ ਕੀਤੀ, ਸਿਮਰਤ ਸ਼ਾਸਤਰ ਬੜੇ ਮੁਣ ਕੀਤੇ, ਬਿਨ ਸਬਦੇ ਸੁਰਤ ਨਾ ਪਾਏ। ਸੁਰਤ ਬੜੀ ਹਾਇਰ ਚੀਜ਼ ਹੈ। ਸੋ ਜਿਹੜੇ ਅੰਗਰੇਜ਼ ਨੇ, ਇਹ ਬ੍ਰਹਮ ਨੇ, ਇੱਥੇ ਬੀਬੀਆਂ ਨੇ, ਕਈ ਵਾਰੀ ਨਾ ਤੁਹਾਨੂੰ ਫੇਸਬੁੱਕ 'ਤੇ ਜਾਂ ਲਿੰਕਡਇਨ 'ਤੇ ਕਈ ਬੜੇ ਸੱਜਣ ਜਾਂ ਬੀਬੀਆਂ ਲੱਭ ਜਾਣ, ਤਾਂ ਹੋਰ ਵੀ ਬੜੀ। ਇੱਕ ਕੁੜੀ ਹੈਗੀ ਹੈ, ਪੈਰਿਸ ਪੜ੍ਹੀ ਹੈ, ਉਹਦਾ ਬਾਪ ਸਿੱਖ ਹੈਗਾ, ਮਾਂ ਫਰੈਂਚ ਹੈ, ਔਰ ਆਪ ਉਹ ਇੰਡੀਅਨ ਫਿਲਾਸਫੀ ਦੀ ਪੜ੍ਹਾਈ ਕਰ। ਉਹ ਕਹਿੰਦੀ ਹੈ ਇੰਡੀਅਨ ਫਿਲਾਸਫੀ ਔਰ ਵੈਸਟਰਨ ਦਾ ਕੋਈ ਟਾਕਰਾ ਨਹੀਂ, ਵੈਸਟਰਨ ਫਿਲਾਸਫੀ ਦਾ ਤਬਾਹ ਕਰ ਦਿੰਦੀ ਹੈ ਇੰਡੀਅਨ ਫਿਲਾਸਫੀ ਬਹੁਤ। ਤਾਂ ਇਸੇ ਕਰਕੇ ਕੰਸ਼ੀਅਸਨੈਸ ਨਾਲ ਪੰਗਾ ਨਾ ਲਿਓ। ਕੰਸ਼ੀਅਸਨੈਸ ਸਾਇੰਸਦਾਨਾਂ ਨੇ ਹੋਰ ਤਰ੍ਹਾਂ ਵਿਚਾਰੀ ਹੈ, ਵੈਸਟ ਨੇ ਹੋਰ ਤਰ੍ਹਾਂ। ਅਸੀਂ ਤਾਂ ਇਸ ਨੂੰ ਸੁਰਤ ਨਾਲ ਜੋੜਨਾ, ਅਸੀਂ ਚੇਤਨਾ ਚੂਤਨਾ ਦੇ ਉੱਤੇ ਨਹੀਂ ਰੱਖਣਾ ਦੀ ਗੱਲ ਬਹੁਤ। ਤਾਂ ਸ਼ਬਦ ਗੁਰੂ ਸੁਰਤ ਤਾਂ ਨੇ ਸਾਰੀਆਂ ਗੱਲਾਂ ਕਹਿ ਗਏ। ਸ਼ਬਦ ਅਤੇ ਸੁਰਤ ਦੇ ਸੁਮੇਲ ਤੋਂ ਬਗੈਰ ਜੀਵਾਤਮਾ ਭਟਕਦੀ ਰਹਿੰਦੀ ਹੈ। 84 ਦਾ ਸੰਤਾਪ ਉੱਠਦੀ ਹੈ, ਸ਼ਬਦ ਸੁਰਤ ਬਿਨ ਆਵੇ ਤੱਤ ਕੋਈ ਆਵਤ ਜਾਂਦਾ ਹੈ, ਸ਼ਬਦ ਸੁਰਤ ਬਿਨ ਆਈਏ ਜਾਈਏ। ਤਾਂ ਸ਼ਬਦ ਦਾ ਸੁਰਤ ਨਾਲ ਮੇਲ ਹੋਣਾ ਹੈਗਾ। ਚੇਤਨਾ ਨੂੰ ਥੱਲੇ ਰੱਖੋ, ਸੁਰਤ ਉੱਪਰ ਨਹੀਂ ਹੈਗੀ। ਮੈਂ ਤੁਹਾਡਾ ਬਹੁਤਾ ਟਾਈਮ ਵੇਸਟ ਨਾ ਕਰਾਂ, ਲੋਕਾਂ ਨੂੰ ਰੋਕਣਾ। ਹੁਣ ਕਿਹੜਾ ਬੰਦਾ ਜਿਹੜਾ ਮੈਨੂੰ ਭਾਈ ਵੀਰ ਸਿੰਘ ਨੇ ਇੰਪ੍ਰੈਸ ਨਹੀਂ ਕੀਤਾ? ਮੈਨੂੰ ਤਾਂ ਭਾਈ ਵੀਰ ਸਿੰਘ ਦਾ ਚੇਲਾ ਹੈ, ਪਰ ਉਸ ਤੋਂ ਬਹੁਤ ਅੱਗੇ ਸੀਗਾ। ਜਾਂ ਮੈਨੂੰ ਪਤਾ ਪੂਰਨ ਸਿੰਘ, ਪੂਰਨ ਸਿੰਘ ਬਾਰੇ ਮੇਰੀ ਕਿਤਾਬ ਹੈਗੀ ਹੈ, ਉਹ ਦੁਬਾਰਾ ਛਪੂਗੀ। ਕੋਈ ਕੈਨੇਡੀਅਨ ਸਿੱਖ ਹੈ ਕਹਿੰਦਾ ਮੈਂ ਛਾਪ ਕੇ ਲਾ। ਹੁਣ ਗੱਲ ਸੁਣੋ, ਸੁਰਤ ਕੀ ਚੀਜ਼ ਹੈ? ਪੂਰਨ ਸਿੰਘ ਦੇ ਸ਼ਬਦ ਵਿੱਚ ਸਿੱਖ ਸੁਰਤ ਦਾ ਵਿਆਖਿਆਕਾਰ ਪੂਰਨ ਪ੍ਰੋਫੈਸਰ ਪੂਰਨ ਸਿੰਘ, ਉਹਦਾ ਲੇਖ ਸੀਗਾ ਮੈਂ ਜੋ ਲਿਖਿਆ, ਸਿੱਖ ਸੁਰਤ ਦਾ ਵਣਜਾਰਾ ਕਵੀ ਪੂਰਨ ਸਿੰਘ, ਇਹ ਪੋਇਟ ਆਫ ਸਪਿਰਚੁਅਲ ਕੰਸ਼ੀਅਸਨੈਸ, ਇਹ ਕਿਤਾਬ ਦਾ ਮੇਰੀ ਦਾ ਨਾਂ ਹੈ ਗੁਰਿਆਨੀ ਕਵੀ ਅਤੇ ਫਿਲਾਸਫਰ, ਅਤੇ ਲੋਕਲ ਪਬਲਿਸ਼ਰ ਸਿੰਘ ਬ੍ਰਦਰ ਕੋਸ਼ਾ, ਖਤਮ ਹੋ ਗਈ ਬੈਂਕਰ ਦੀ ਕਾਪੀ। ਪੂਰਨ ਸਿੰਘ ਕਹਿੰਦਾ ਹੈ
ਉਹਦੀ ਵਿਆਖਿਆ ਸੁਰਤ ਦਰ ਅਸਲ ਅਧਿਆਤਮਿਕ ਚੇਤਨਾ ਦਾ ਹੀ ਨਾਮ ਜੇ ਚੇਤਨਾ ਖਲੀ ਖਾਲੀ ਹੈ ਕੰਸ਼ੀਅਸਨੈਸ ਵਾਲੀ ਸਾਇੰਸਦਾਨਾਂ ਵਾਲੀ ਜਾਂ ਵੈਸਟਰਨ ਫਿਲਾਸਫੀ ਵਾਲੀ ਉਹ ਤੁਹਾਡਾ ਬੁੱਤਾ ਨਹੀਂ ਸਾਜਦੀ ਅਧਿਆਤਮਿਕ ਚੇਤਨਾ ਜੇ ਹੋਏ ਫਿਰ ਸੁਰਤ ਦੀ ਗੱਲ ਹੋ ਸਕਦੀ ਹੈ ਸੁਰਤ ਅਧਿਆਤਮਿਕ ਚੇਤਨਾ ਦਾ ਹੀ ਨਾਮ ਹੈ ਜਿਸ ਨੂੰ ਆਤਮਾ ਕਿਹਾ ਕਿ ਇਹ ਜੀਵਨ ਰੋਲ ਜਿਸ ਦੇ ਵਾਸਤੇ ਕੌਮਾਂ ਬਲਵਾਨ ਚੜ੍ਹਦੀ ਕਲਾ ਨੂੰ ਪ੍ਰਾਪਤ ਹੁੰਦੀਆਂ ਹਨ ਸਪਿਰਿਟ ਬਾਰਨ ਪੀਪਲ ਕਵਿਤਾ ਹੈਗੀ ਸਾਰਿਆਂ ਬੱਚਿਆਂ ਨੂੰ ਪੜ੍ਹਨੀ ਚਾਹੀਦੀ ਹੈ ਰੂਹਦੇ ਜਾਏ ਪੰਜਾਬੀ 'ਚ ਵੀ ਹੋ ਗਿਆ ਉਹਦੇ 'ਚ ਲੇਖ ਹੈ ਪੂਰਨ ਸਿੰਘ ਦਾ ਸੁਰਤਾ ਦੀ ਸੋਲ ਕੰਸ਼ੀਅਸਨੈਸ ਉਹਦੇ 'ਚ ਉਹ ਕਹਿੰਦੇ ਨੇ ਸੁਰਤਾ ਪੂਰਨ ਸਿੰਘ ਲਿਖਦੇ ਨੇ ਗੁਰੂਆਂ ਨੇ ਜੀਵਨ ਨੂੰ ਸੁਰਤ ਦੇ ਉਤਰਾਅ 'ਤੇ ਚੜ੍ਹਾ ਰਹੀ ਦੱਸਿਆ ਉਹਨਾਂ ਦੇ ਲੇਖ ਹੈਗੇ ਉੱਥੇ ਸੁਰਤਾ ਉਹ ਹੈ ਜੋ ਜਾਗਰਤ ਅਵਸਥਾ ਵਿੱਚ ਵਿਚਰ ਸਕੇ ਇਸ ਤੋਂ ਜ਼ਾਹਰ ਹੈ ਕਿ ਅਧਿਆਤਮ ਚੇਤਨਾ ਵਾਲਾ ਇਨਸਾਨ ਹੀ ਸੁਰਤਾ ਹੋ ਸਕਦਾ ਇੱਕ ਪਥਰਾਈ ਆਤਮਾ ਵਾਲਾ ਮਨੁੱਖ ਨੇ ਬਾਬਾ ਸੋਹਣ ਸਿੰਘ ਮੰਨਿਓ ਨਾ ਆਪਾਂ ਗੁਰੂ ਬਾਬਾ ਦੇ ਚੇਲੇ ਹਾਂ ਜੋ ਕੁਝ ਸਿੱਖੀ 'ਚ ਗੁਰਦੁਆਰਿਆਂ 'ਚ ਡੇਰਿਆਂ 'ਚ ਹੁਣ ਹੋ ਰਿਹਾ ਅਸੀਂ ਚੇਤਨਾ ਸੁਰਤ ਵਾਲੇ ਸਿੱਖ ਨਹੀਂ ਪੈਦਾ ਕਰ ਰਹੇ ਫੁੱਲ ਪਥਰਾਈ ਆਤਮਾ ਪੂਰਨ ਸਿੰਘ ਨੇ ਵਰਤੇ ਹਫਸਰਾਈ ਸਿੱਖ ਸਾਨੂੰ ਦੇਖਦੇ ਬੜੇ ਆਪਣੇ ਦਰਸ਼ਨੀ ਸਿੱਖ ਹੈਗੇ ਭਜਨ ਜੋਗੀ ਕਹਿੰਦਾ ਸੀ ਮੇਰੇ ਨਾਲ ਸਭ ਦਾ ਮੇਲ ਹੁੰਦਾ ਰਿਹਾ ਹੈਗਾ ਬਾਣਾ ਅਤੇ ਬਾਣੀ ਮੈਂ ਕਿਹਾ ਬਾਣੀ ਦਾ ਜੇ ਅਸਰ ਨਾ ਹੋਵੇ ਤਾਂ ਬਾਣੀ ਦਾ ਕੋਈ ਹੈ ਉਹ ਮੰਦਰ ਸੀ ਮੇਰੇ ਤੋ ਅਸੀਂ ਫਸਲ ਦਾ ਸਿੱਖਾਂ 'ਤੇ ਪੈਦਾ ਕਰ ਰਹੇ ਹਾਂ ਜੋ ਗੁਰੂ ਸਿੰਘ ਨੇ 100 ਸਾਲ ਪਹਿਲਾਂ ਲਿਖ ਦਿੱਤਾ ਜੇ ਆਤਮਾ ਪਥਰਾਈ ਗਈ ਸੁਰਤ ਪਥਰਾਈ ਹੋਈ ਹੈ ਤਾਂ ਸਾਡਾ ਜਿਹੜਾ ਹੈਗਾ ਜਿਹੜਾ ਸਿੱਖੀ ਦਾ ਆਸ਼ਾ ਹੈ ਉਹ ਥੋੜ੍ਹੀ ਭੱਜ ਖੁੱਲ੍ਹੇ ਕੁੰਡ ਰਘਵੀਰ ਦਾ ਸਾਰਾ ਯਾਦ ਆਉਣਾ ਪੂਰਨ ਸਿੰਘ ਸੁਰਤ ਅਤੇ ਹੰਕਾਰ ਦੀ ਕਵਿਤਾ ਲੰਬੀ ਕਵਿਤਾ ਹੈਗੀ 25-30 ਪੇਜ ਦੀ ਸੁਰਤ ਨੂੰ ਰੱਬ ਦੀ ਜੋਤ ਇਨਸਾਨ ਵਿੱਚ ਅਤੇ ਹੰਕਾਰ ਨੂੰ ਮਾਧਿਅਮ ਦੀ ਉੱਭਰਵੀਂ ਹਾਲਤ ਬਿਆਨ ਕਰ ਸਿੱਖ ਸਾਹਿਤ ਵਿੱਚ ਪੂਰਨ ਸਿੰਘ ਦੀ ਦੇਣ ਦਾ ਹਾਲੀ ਮੁਲਾਂਕਣ ਨਹੀਂ ਹੋਇਆ ਕਈਆਂ ਨੂੰ ਤਾਂ ਸਮਝ ਨਹੀਂ ਆਉਂਦੀ ਕਿਉਂਕਿ ਉਹਦੀ ਅੰਗਰੇਜ਼ੀ ਬੜੀ ਔਖੀ ਸੀ ਕਿਤਾਬਾਂ ਛਪ ਗਈਆਂ ਪੰਜਾਬੀ 'ਚ ਉੱਥੇ ਹੋ ਗਏ ਪਰ ਸਿੱਖਾਂ ਦੀ ਸੁਰਤ ਉਸ ਲੈਵਲ 'ਤੇ ਨਹੀਂ ਜਿੱਥੇ ਪੂਰਨ ਸਿੰਘ ਦੀ ਸੁਰਤ ਹੈ ਜਿੱਥੇ ਜਾ ਕੇ ਉਹਨੇ ਲਿਖਿਆ ਹੁਣ ਦੇਖੋ ਉਹਨੂੰ ਕਹਿੰਦੇ ਭਾਈ ਵੀਰ ਸਿੰਘ ਦਾ ਪਿੱਛੇ ਲੱਗ ਕੇ ਚੇਲਾ ਮੈਂ ਪੂਰਨ ਸਿੰਘ ਦੇ ਫੈਮਿਲੀ ਦੇ ਬੰਦੇ ਨੂੰ ਕਹਿੰਦੇ ਜੀ ਇਹ ਕਹਾਵਤ ਹੈ ਭਾਈ ਵੀਰ ਸਿੰਘ ਨੂੰ ਉੱਪਰ ਰੱਖਣਾ ਸੀ ਉਹਨੂੰ ਥੱਲੇ ਅਜੇ ਭਾਈ ਉਹ ਸਿੱਖ ਵੀ ਬਣਿਆ ਸੀ ਉਹਦੇ ਹੋਰ ਕੰਮ ਉਹ ਮੈਂ ਨਹੀਂ ਦੱਸਾਂਗਾ ਜਦਕਿ ਭਾਈ ਸਾਹਿਬ ਅਤੇ ਭਾਈ ਵੀਰ ਸਿੰਘ ਤੋਂ ਸੁਰਤ ਪੱਖੋਂ ਪੂਰਨ ਸਿੰਘ ਉਹ ਧੇਰੇ ਪਰ ਪੱਕ ਜਾ ਖੁੱਲ੍ਹੇ ਕੁੰਡ ਦੀਆਂ ਕਵਿਤਾਵਾਂ ਵਿੱਚ ਸੁਖ ਸਿੱਖ ਸੁਰਤ ਇੱਕ ਕਵਿਤਾ ਸਿੱਖ ਸੁਰਤ ਇੱਕ ਹੈਗਾ ਗੁਰੂ ਅਵਤਾਰ ਸੁਰਤ ਇੱਕ ਜਰਨੈਲੀ ਸੁਰਤ ਸੁਰਤ ਨੂੰ ਬੜਾ ਹੁਣ ਆਹ ਜਿਹੜਾ ਮੈਂ ਲਿਆ ਹੈਗਾ ਇੱਕ ਸ਼ਬਦ ਦਾ ਕਵਿਤਾ ਅਸਲ ਇਹ ਪੂਰਨ ਸਿੰਘ ਦਾ ਕਵਿਤਾ ਹੈ ਇਹ ਸਾਡੇ ਸਿੱਖਾਂ 'ਤੇ ਰੂਹ ਲਾਗੂ ਹੁੰਦੀ ਹੈ ਕਿਉਂਕਿ ਅਸੀਂ ਫਸਲਾਈ ਦੇ ਸਿੱਖ ਹੈਗੇ ਅਸੀਂ ਸੁਰਤ ਵਾਲੇ ਸਿੱਖ ਨਹੀਂ ਪਰ ਇਹ ਗੁਰੂ ਅਵਤਾਰ ਸੁਰਤ ਵਿੱਚੋਂ ਕੋਟ ਮੈਂ ਫਿਰ ਖਤਮ ਕੀ ਖੋਲਦਾ ਆਤਮ ਸੁਰਤ ਭੇਜ ਤੋ ਪੂਰਨ ਸਿੰਘ ਸਿੱਖ ਸੁਰਤ ਨੂੰ ਮੇਰਾ ਖਿਆਲ ਹੈ ਠੀਕ ਤਰ੍ਹਾਂ ਡਿਫਾਈਨ ਕਰ ਸਕਿਆ ਅਸੀਂ ਟੱਕਰਾਂ ਮਾਰਦੇ ਰਹਾਂਗੇ ਔਰ ਅੱਛਾ ਹੈ ਕਿਉਂਕਿ ਟੱਕਰਾਂ ਦੇ ਵਿੱਚੋਂ ਕੁਛ ਨਾ ਕੁਛ ਲੱਭਦਾ ਮੈਂ ਬੜਾ ਖੁਸ਼ ਹਾਂ ਕਿ ਬਾਬਾ ਜੀ ਦੀ ਚੋਣ ਅੱਛੀ ਸੀ ਕਿ ਮੈਨੂੰ ਕਹਿੰਦੇ ਸੀ ਇਨਫੋਰਮੇਸ਼ਨ ਕੁਆਂਟਮ ਦੇ ਹਨ ਚੰਗਾ ਮੈਂ ਕੁਆਂਟਮ ਦੀ ਗੱਲ ਨਹੀਂ ਕੀਤੀ ਹੋਰ ਨਾਲ ਇਸੇ ਵਾਰ ਕਰਨਾ